ਦੋਸਤੋ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਇੱਕ ਵੱਡੀ ਬੈਂਕ ਡਕੈਤੀ ਨੂੰ ناکਾਮਯਾਬ ਕੀਤਾ ਹੈ ਪੰਜਾਬ ਪੁਲਿਸ ਦੁਆਰਾ ਜੀਆ ਦੋਸਤੋ ਹੁਣ ਤੱਕ ਪੰਜਾਬ ਪੁਲਿਸ ਤੇ ਲੋਕਾਂ ਵੱਲੋਂ ਕੁਝ ਪੰਜਾਬ ਪੁਲਿਸ ਦੇ ਅਫਸਰਾਂ ਤੇ ਇਹ ਦੋਸ਼ ਲਗਾਏ ਜਾਂਦੇ ਰਹੇ ਹਨ ਕਿ ਪੰਜਾਬ ਪੁਲਿਸ ਮੌਕੇ ਤੇ ਨਹੀਂ ਆਉਂਦੀ ਪਰ ਉੱਥੇ ਹੀ ਪੰਜਾਬ ਪੁਲਿਸ ਦੁਆਰਾ ਇੱਕ ਵੱਡੀ ਬਹਾਦਰੀ ਦਿਖਾਉਂਦੇ ਹੋਏ ਇੱਕ ਵੱਡੀ ਲੁੱਟਖੋਹ ਦੀ ਘਟਨਾ ਨੂੰ ناکਾਮਯਾਬ ਕੀਤਾ ਗਿਆ ਜੇ ਦੋਸਤੋ ਪਿੰਡ ਢੋਡੀਆਂ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਉੱਥੇ SBI ਦੀ ਬੈਂਕ ਦੇ ਵਿੱਚ ਦਿਨ ਦਿਹਾੜੇ ਜੀਆ ਦੋਸਤੋ ਅੱਜ ਸਵੇਰੇ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਚਾਰ ਲੁਟੇਰੇ ਇਸ ਬੈਂਕ ਦੇ ਵਿੱਚ ਡਾਕਾ ਮਾਰਨ ਦੀ ਬੈਂਕ ਨੂੰ ਲੁੱਟਣ ਦੀ ਨੀਅਤ ਦੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਬੈਂਕ ਦੇ ਬਾਹਰ ਖੜਦਾ ਜੋ ਕਿ ਨਿਗਰਾਨੀ ਰੱਖਦਾ ਹੈ ਅਤੇ ਤਿੰਨ ਲੁਟੇਰੇ ਬੈਂਕ ਦੇ ਅੰਦਰ ਆਉਂਦੇ ਨੇ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੁਟੇਰੇ ਬੈਂਕ ਦੇ ਵਿੱਚ ਮੌਜੂਦ ਲੋਕਾਂ ਨੂੰ ਧਮਕਾ ਰਹੇ ਨੇ ਤੇ ਉਹਨਾਂ ਨੂੰ ਧਰਤੀ ਤੇ ਲੇਟਣ ਦੇ ਲਈ ਅਤੇ ਬੈਂਕ ਦੇ ਸਟਾਫ ਨੂੰ ਸਾਰਾ ਕੁਝ ਉਹਨਾਂ ਦੇ ਹਵਾਲੇ ਕਰਨ ਦੇ ਲਈ ਕਹਿ ਰਹੇ ਨੇ ਤੇ ਦੋ ਤੋ ਦੱਸ ਦिए ਕਿ ਇੱਥੇ ਬੈਂਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਹੁੰਦੀ ਹੈ ਜੋ ਕਿ ਪੀਸੀਆਰ ਦੇ ਵਿੱਚ ਤਾਇਨਾਤ ਨੇ ਜਿੰਨਾਂ ਦਾ ਨਾਮ ਬਲਵਿੰਦਰ ਸਿੰਘ ਹੈ ਜੋ ਕਿ ਇਸ ਮੌਕੇ ਇੱਥੇ ਅਗਸਤ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਕੁਝ ਸ਼ੱਕ ਹੁੰਦਾ ਤਾਂ ਇਸ ਮੌਕੇ ਉਹ ਬੈਂਕ ਦੇ ਮੁਲਾਜ਼ਮਾਂ ਨੂੰ ਪੁੱਛਦੇ ਨੇ ਤਾਂ ਉੱਥੇ ਉਹਨਾਂ ਨੂੰ ਲੱਗ ਪਤਾ ਲੱਗਦਾ ਕਿ ਬੈਂਕ ਦੇ ਵਿੱਚ ਡਕੈਤੀ ਹੋਈ ਹੈ ਤਾਂ ਉਹ ਜੋ ਲੁੱਟੇਰੇ ਨੇ ਉਹਨਾਂ ਦੇ ਨਾਲ ਭੜ ਜਾਂਦੇ ਨੇ ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਡੀਆਂ ਦੇ ਵਿੱਚ ਇੱਕ ਵੱਡੀ ਬੈਂਕ ਡਕੈਤੀ ਦੀ ਘਟਨਾ ਹੋਈ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋਇਆ ਹੈ ਜੇ ਦੋਸਤੋ ਇੱਕ ਗੰਭੀਰ ਪੁਲਿਸ ਮੁਲਾਜ਼ਮ ਉਹੀ ਬਲਵਿੰਦਰ ਸਿੰਘ ਹੈ ਜੋ ਕਿ ਪੀਸੀਆਰ ਤੇ ਤਾਇਨਾਤ ਸਨ ਅਤੇ ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿੱਥੇ ਇਸ ਲੁੱਟ ਦੀ ਘਟਨਾ ਨੂੰ ਨਾਕਾਮਯਾਬ ਕੀਤਾ ਇੰਨਾ ਲੁਟੇਰਿਆਂ ਨੂੰ ਜੋ ਡਕੈਤੀ ਕਰਨ ਤੋਂ ਰੋਕਿਆ ਉੱਥੇ ਹੀ ਇਸ ਮੌਕੇ ਜੋ ਬਲਵਿੰਦਰ ਸਿੰਘ ਹਨ ਗੰਭੀਰ ਜਖਮੀ ਹਨ ਅਤੇ ਜਿਨ੍ਹਾਂ ਦੀ ਸਿਹਤਯਾਬੀ ਦੇ ਲਈ ਜਲਦ ਠੀਕ ਹੋਣ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਪੁਲਿਸ ਦੁਆਰਾ ਵੱਡੀ ਬਹਾਦਰੀ ਕੀਤੀ ਗਈ ਹੈ ਜਿੱਥੇ ਕਿ ਪਿੰਡ ਢੋਟੀਆਂ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਇੱਕ ਬੈਂਕ ਡਕੈਤੀ ਨੂੰ ਰੋਕਿਆ ਗਿਆ ਅਤੇ ਦਿਨ ਦਿਹਾੜੇ ਸਵੇਰੇ 12:30 ਵਜੇ ਚਾਰ ਲੁਟੇਰੇ ਬੈਂਕ ਦੇ ਵਿੱਚ ਡਾਕਾ ਮਾਰਨ ਦੀ ਨੀਅਤ ਦੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੁਟੇਰਾ ਬੈਂਕ ਦੇ ਗੇਟ ਤੇ ਖੜ ਜਾਂਦਾ ਤੇ ਤਿੰਨ ਲੁਟੇਰੇ ਹੱਥਾਂ ਦੇ ਵਿੱਚ ਹਥਿਆਰ ਫੜੀ ਬੈਂਕ ਦੇ ਵਿੱਚ ਐਂਟਰ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੁਆਰਾ ਬੈਂਕ ਦੇ ਵਿੱਚ ਮੌਜੂਦ ਜੋ ਕਸਟਮਰ ਹੁੰਦੇ ਨੇ ਗਾਹਕ ਹੁੰਦੇ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਤੇ ਉਹਨਾਂ ਨੂੰ ਧਰਤੀ ਤੇ ਲੇਟਣ ਦੇ ਲਈ ਅਤੇ ਆਪਣੀ ਜਗ੍ਹਾ ਤੇ ਰੁਕੇ ਰਹਿਣ ਦੇ ਲਈ ਦੇਸ਼ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੂੰ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਸਾਰਾ ਕੁਝ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਪੰਜਾਬ ਪੁਲਿਸ ਨੇ ਬਹਾਦਰੀ ਦੇ ਨਾਲ ਇਸ ਲੁੱਟ ਦੀ ਘਟਨਾ ਨੂੰ ناکਾਮਯਾਬ ਕਰ ਦਿੱਤਾ ਸੋ ਇੱਕ ਸਲੂਟ ਬਣਦਾ ਹੈ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੇ ਲਈ ਸੋ ਸਬਸਕ੍ਰਾਈਬ ਕਰਨਾ ਹੈ ਲਿਮਟਿਡ ਗਿਆਨ ਨੂੰ ਹੋਰ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਣ ਸਭ ਤੋਂ ਪਹਿਲਾਂ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਧੰਨਵਾਦ